ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਐਗਰੀਕਲਚਰ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆ ਇੱਕ ਬਹੁਤ ਜਿਆਦਾ ਵੱਡੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਕਿ ਅਸੀਂ ਫਲਦਾਰ ਬੂਟੇ ਜਾਂ ਸ਼ਾਨਦਾਰ ਰੁੱਖ ਜਿਹੜੇ ਲਗਾਏ ਹੁੰਦੇ ਨੇ ਉਹ ਸੁੱਕ ਜਾਂਦੇ ਨੇ ਜੀ ਉਹਨਾਂ ਦੇ ਸੁੱਕਣ ਦਾ ਕਾਰਨ ਕੀ ਹੈ ਕਿਹੜੇ-ਕਿਹੜੇ ਤਰੀਕੇ ਦੇ ਨਾਲ ਅਸੀਂ ਉਸ ਨੂੰ ਸੁੱਕਣ ਤੋਂ ਬਚਾ ਸਕਦੇ ਹਾਂ ਉਹ ਜਿਹੜੀਆਂ ਵੀਡੀਓ ਹੈ ਜੀ ਆਪਾਂ ਉਹਡੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਸਾਰੀਆਂ ਕਵਰ ਕਰਾਂਗੇ ਤਾਂ ਟਾਹਣੀਆਂ ਸੁੱਕਦੀਆਂ ਨੇ ਤਾਂ ਜਾਂ ਫਲ ਝੜਦਾ ਉਸ ਬਾਰੇ ਇੱਕ ਆਪਾਂ ਅੱਗੇ ਇੱਕ ਵੀਡੀਓ ਬਣਾਵਾਂਗੇ ਕਿਉਂਕਿ ਵੀਡੀਓ ਜਿਹੜੀ ਕਾਫੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਤਾਂ ਫਿਰ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਤੇ ਹੁਣ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਐਕਸਪਲੇਨ ਕਰ ਦੇਣਾ ਚਾਹੁੰਦਾ ਕਿ ਇਹ ਕਿਹੜੀ ਸਮੱਸਿਆ ਆਉਂਦੀ ਕਿਉਂ ਹੈ ਸਮੱਸਿਆ ਆਉਣ ਦਾ ਮੁੱਖ ਕਾਰਨ ਹੁੰਦਾ ਜੀ ਜੜਾਂ ਦਾ ਗਲਣਾ ਜਾਂ ਸਿਉਂਕ ਇਹ ਦੋ ਜਿਹੜੇ ਕਾਰਨ ਹੈ ਜੀ ਜਦਾ ਵੱਡੇ ਲੈਵਲ ਤੇ ਜਿਹੜੇ ਸਾਡੇ ਫਲਦਾਰ ਪੌਡੇ ਜਾਂ ਛਾਂ ਵਾਲੇ ਧਾਰ ਜਿਹੜੇ ਆਪਾਂ ਰੁੱਖ ਲਗਾਏ ਹੁੰਦੇ ਆ ਜੀ ਉਹਨਾਂ ਨੂੰ ਨੁਕਸਾਨ ਕਰਦੇ ਨੇ ਹੁਣ ਇਹਨਾਂ ਤੋਂ ਅਸੀਂ ਪਹਿਲਾਂ ਤੇ ਗੱਲ ਵੀ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਦੇ ਨਾਲ ਬਚਾਅ ਕਰ ਸਕਦੇ ਨੰਬਰ 2 ਜਿਹੜਾ ਦੂਜਾ ਕਿਹੜੇ-ਕਿਹੜੇ ਕੈਮੀਕਲ ਹੱਲ ਆ ਜਾਂ ਆਰਗੈਨਿਕ ਹੱਲ ਜਾਂ ਬਾਇਓਲੋਜੀਕਲ ਹੱਲ ਹੈ ਕਿ ਉਹ ਆਪਾਂ ਮੈਂ ਤੁਹਾਨੂੰ ਇਸ ਨੂੰ ਅੱਗੇ ਦੱਸਦਾ ਕਿ ਕਿਹੜੇ-ਕਿਹੜੇ ਤਰੀਕੇ ਦੇ ਨਾਲ ਆਪਾਂ ਉਹਦਾ ਹੱਲ ਕਰਨਾ ਹੈ ਸਭ ਤੋਂ ਪਹਿਲਾਂ ਦੇਖੋ ਜੀ ਸਾਡਾ ਕਿਹੜਾ ਵਾਟਰ ਮੈਨੇਜਮੈਂਟ ਹੈ ਜੀ ਪਾਣੀ ਜਿਹੜਾ ਦੇਣ ਦਾ ਤਰੀਕਾ ਹੈ ਜਾਂ ਬੂਟੇ ਨੂੰ ਖੁਰਾਕ ਦੇਣ ਦਾ ਤਰੀਕਾ ਉਸ 'ਚ ਸਾਨੂੰ ਬਦਲਾ ਕਰਨਾ ਪਵੇਗਾ ਅਸੀਂ ਬਿਲਕੁਲ ਬੂਟੇ ਦੇ ਲਾਗੇ ਖੱਡਾ ਮਾਰ ਕੇ ਖਾਦ ਦੇ ਦਿੰਨੇ ਆ ਤਾਂ ਉਹ ਜਿਹੜੇ ਸਾਡਾ ਗਲਤ ਹੈ ਜੀ ਖਾਦ ਦੇਣ ਦਾ ਸਿਸਟਮ ਮੈਂ ਪੂਰੀ ਪ੍ਰੋਪਰ ਵੀਡੀਓ ਬਣਾਈ ਹੈ ਕਿ ਕਿਵੇਂ ਬੂਟਿਆਂ ਨੂੰ ਖੁਰਾਕ ਦਿੱ ਤਾਂ ਉਹਦਾ ਰਿਜ਼ਲਟ ਬਹੁਤ ਸ਼ਾਨਦਾਰ ਮਿਲਿਆ ਜੀ ਮੈਨੂੰ ਮੈਂ ਜਲਦੀ ਇੱਕ 2 4 5 ਦਿਨਾਂ ਚ ਇੱਕ ਵੀਡੀਓ ਬਣਾਉਂਗਾ ਤਾਂ ਉਹਦਾ ਤੁਹਾਨੂੰ ਮੈਂ ਰਿਜ਼ਲਟ ਦਿਖਾਵਾਂਗਾ ਕਿ ਜਿਹੜੇ ਤਰੀਕੇ ਦੇ ਨਾਲ ਮੈਂ ਖੁਰਾਕ ਪਾਈ ਸੀ ਕਿਹੜੀ ਕਿਹੜੀ ਖੁਰਾਕ ਪਾਈ ਸੀ ਰੂੜੀ ਤੇ ਕਲੀ ਪਾਈ ਸੀ ਤੇ ਉਹਦਾ ਮੈਨੂੰ ਕੀ ਰਿਜ਼ਲਟ ਮਿਲਿਆ ਜੀ ਮੇਰੇ ਬੂਟੇ ਤੇ ਕਰੀਬ ਜਦੋਂ ਮੈਂ ਵੀਡੀਓ ਬਣਾਈ ਸੀ ਤਾਂ 10 ਤੋਂ 15 ਜਿਹੜੇ ਕਰੀਬ ਕਰੀ ਫਲ ਸੀ ਤਾਂ ਹੁਣ ਉਤੇ 200 ਤੋਂ ਜ਼ਿਆਦਾ ਜਿਹੜੇ ਫਲ ਲੱਗ ਗਏ ਨੇ ਬਹੁਤ ਸ਼ਾਨਦਾਰ ਰਿਜ਼ਲਟ ਮਿਲਿਆ ਜੀ ਉਹ ਤੁਸੀਂ ਵੀਡੀਓ ਦੇਖਣੀ ਹੈ ਤਾਂ ਇਸੇ ਪਲੇਲਿਸਟ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਮੇਰੇ YouTube ਚੈਨਲ ਤੇ ਵੀ ਹੈਗੀ ਹੈ ਜੀ Facebook ਪੇਜ ਤੇ ਵੀ ਹੈਗੀ ਹੈ ਉਹਦਾ ਟਾਈਟਲ ਮੈਂ ਥੱਲੇ ਨਾਲ-ਨਾਲ ਲਿਖ ਦੂੰਗਾ ਜੀ ਤੁਸੀਂ ਇਹਦਾ ਟਾਈਟਲ ਟਾਈਪ ਕਰੋਗੇ ਤਾਂ ਤੁਹਾਨੂੰ ਉਹ ਵਾਲੀ ਵੀਡੀਓ ਮੇਰੀ ਮਿਲ ਜਾਈਗੀ ਤੇ ਜੇ YouTube ਤੇ ਵੇਖ ਰਹੇ ਤਾਂ ਚੈਨਲ ਦੇ ਲਾਸਟ ਤੇ ਮੈਂ ਤੁਹਾਨੂੰ ਇਹਦਾ ਲਿੰਕ ਵੀ ਪਾ ਦੂੰਗਾ Facebook ਤੇ ਵੇਖ ਰਹੇ ਤਾਂ ਆ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪਾ ਦੂੰਗਾ ਜੇ ਤੁਸੀਂ ਉਹ ਵੀਡੀਓ ਦੇਖਣੀ ਹੈ ਬੂਟੇ ਲਗਾਉਣੇ ਕਿਵੇਂ ਸਭ ਤੋਂ ਪਹਿਲਾਂ ਤਾਂ ਅਸੀਂ ਲਗਾਉਣ ਵਾਲੇ ਬਹੁਤ ਤਗੜੀਆਂ ਗਲਤੀਆਂ ਕਰਦੇ ਨੇ ਉਹਦੇ ਸਬੰਧ ਵਿੱਚ ਵੀ ਵੀਡੀਓ ਬਣਾਈਆਂ ਤੁਹਾਨੂੰ ਲਿੰਕ ਆ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ YouTube ਤੇ ਦੇਖ ਰਿਹਾ ਤਾਂ ਥੱਲੇ ਉਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਜਿਹੜਾ ਲਿਖਿਆ ਹੁੰਦਾ ਜੀ ਥੱਲੇ ਉਹ ਚੋਂ ਮਿਲ ਜਾਣਗੇ ਤਾਂ Facebook ਤੇ ਵੇਖਿਆ ਤਾਂ ਉੱਪਰ ਡਿਸਕ੍ਰਿਪਸ਼ਨ ਲਿਖਿਆ ਹੁੰਦਾ ਉਹ ਚੋਂ ਮਿਲ ਜਾਣਗੇ ਹੁਣ ਵੇਖੋ ਦੋ ਜੇ ਤੁਸੀਂ ਮਰੀਆਂ ਉਹ ਵੀਡੀਓ ਦੇਖ ਲਓ ਤਾਂ ਤੁਹਾਡੀਆਂ ਜਿਹੜੀਆਂ ਅੱਧੇ ਤੋਂ ਜ਼ਿਆਦਾਈਆਂ ਸਮੱਸਿਆ ਹੱਲ ਹੋ ਜਾਣੀਆਂ ਕਿਉਂਕਿ ਅਸੀਂ ਪੌਦੇ ਲਾਉਣ ਵੇਲੇ ਗਲਤੀ ਕਰਦੇ ਹਾਂ ਜਿਸ ਕਰਕੇ ਸਾਡੇ ਕਿਹੜੇ ਪੌਦੇ ਸੁੱਕ ਜਾਂਦੇ ਨੇ ਹੁਣ ਜੇ ਤੁਸੀਂ ਪੌਦੇ ਪਹਿਲਾਂ ਲਗਾ ਚੁੱਕੇ ਹੋ ਤਾਂ ਉਹਦਾ ਆਪਾਂ ਹੱਲ ਕੀ ਕਰਨਾ ਹੈ ਦੇਖੋ ਜੇ ਫਲ ਘਟਾ ਹੈ ਜਾਂ ਹੋਰ ਕੋਈ ਸਮੱਸਿਆ ਹੈ ਤਾਂ ਉਹ ਵੀਡੀਓ ਮੈਂ ਬਣਾਈ ਹੋਈ ਹੈ ਉਹਨੂੰ ਤੁਸੀਂ ਦੇਖ ਲਓ ਜੇ ਹੁਣ ਬੂਟੇ ਸੁੱਕਣ ਦੀ ਸਮੱਸਿਆ ਬੂਟੇ ਸੁੱਕਣ ਦੀ ਸਮੱਸਿਆ 'ਚ ਸਾਡੇ ਕੋਲ ਦੋ ਤਰੀਕੇ ਹੈ ਜੀ ਕਿਹੜੇ ਜਿਹਦੇ ਨਾਲ ਹੱਲ ਕਰ ਸਕਦੇ ਆ ਪਹਿਲਾਂ ਅਸੀਂ ਵਾਟਰ ਮੈਨੇਜਮੈਂਟ ਵੱਲ ਧਿਆਨ ਦੇਣਾ ਜੀ ਪਾਣੀ ਜਿਹੜਾ ਬੂਟੇ ਦੇ ਲਾਗੇ ਖੜਨਾ ਨਹੀਂ ਚਾਹੀਦਾ ਇਸ ਗੱਲ ਦਾ ਤੁਸੀਂ ਧਿਆਨ ਦੇ ਲੋ ਬੂਟੇ ਤੋਂ 1 ਫੁੱਟ ਦੂਰ ਅਸੀਂ ਪਾਣੀ ਦੇਣਾ ਹੁੰਦਾ ਉਹ ਸਾਰਾ ਪ੍ਰੋਸੈਸ ਤੁਸੀਂ ਦੂਜੀ ਵੀਡੀਓ ਚ ਦੇਖ ਲਿਓ ਤੇ ਹੁਣ ਕਰਨਾ ਕੀ ਹੈ ਜੀ ਦੇਖੋ ਜੇ ਤਾਂ ਤੁਸੀਂ ਕੈਮੀਕਲ ਕਰਦੇ ਹੋ ਕੈਮੀਕਲ ਚ ਪਹਿਲਾਂ ਆਪਾਂ ਕਾਰਬਨ ਡਾਈਜਮ ਵਗੈਰਾ ਸਾਲਟ ਦੀ ਵਰਤੋਂ ਕਰ ਲੈਣੀ ਸਭ ਫਿਲਹਾਲ ਉਹ ਸਾਲਟ ਜਿਹੜਾ ਹੁਣ ਬੈਨ ਹੋ ਗਿਆ ਤਾਂ ਬੂਟੇ ਦੇ ਲਾਗੇ ਤੁਸੀਂ ਥੋੜਾ ਜਿਆਦਾ ਦੇਖ ਲੈਣ ਇੱਕ ਅੱਧੀ ਜੜ ਹੈ ਜਿਹੜੀ ਉਹ ਜੜ ਨੂੰ ਜੇ ਤੁਸੀਂ ਗਾਲਾ ਟਾਈਪ ਜਾਂ ਉਲੀ ਟਾਈਪ ਲੱਗੀ ਦਿਖੇ ਤੁਹਾਨੂੰ ਤਾਂ ਆਲੇ-ਦੁਆਲੇ ਇੱਕ ਰਾਉਂਡ ਕਰਕੇ ਤਾਂ ਉਹ ਚ ਤੁਸੀਂ ਕੋਈ ਵੀ ਵਧੀਆ ਜਿਹਾ ਕੈਮੀਕਲ ਫੰਗੀਸਾਈਡ ਯੂਜ਼ ਕਰ ਸਕਦੇ ਹੋ ਰੈਡੋਮਿਲ 골ਡ ਵਗੈਰਾ ਵਧੀਆ ਕੰਮ ਕਰਦਾ ਜੀ ਐਲੀਗੇਟੇ ਤੇ ਵਧੀਆ ਕੰਮ ਕਰਦਾ ਤੇ ਰੈਡੋਮਿਲ 골ਡ ਤੁਹਾਨੂੰ ਲੂਸ ਮਿਲ ਜੂਗਾ ਕਿਉਂਕਿ ਘਰਾਂ 'ਚ ਆਪਾਂ ਇੱਕ ਦੋ ਪੌਦੇ ਲਗਾਏ ਹੁੰਦੇ ਨੇ ਤਾਂ ਉਹ ਚ ਸਾਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਤੁਹਾਨੂੰ ਖੁੱਲਾ ਜਿਹੜਾ ਉਹ ਮਿਲ ਜੇਗਾ ਤਾਂ ਤੁਸੀਂ ਉਸਦੇ ਇੱਕ ਪੁੜੀ ਮੇਰੇ ਸਾਹਮਣੇ 25 ਜਾਂ 50 ਗ੍ਰਾਮ ਦੀ ਹੁੰਦੀ ਹੈ ਤੁਸੀਂ ਖਰੀਦ ਕੇ 2 ਗ੍ਰਾਮ ਪਰ ਲੀਟਰ ਪਾਣੀ 'ਚ ਉਹਦਾ ਉਹਦਾ ਮਿਸ਼ਰਣ ਬਣਾਉਣਾ ਇਹਦਾ ਘੋਲ ਬਣਾਉਣਾ ਤਾਂ ਉਹਨੂੰ ਤੁਸੀਂ ਪਾ ਸਕਦੇ ਹੋ हां जे ਤੁਹਾਡੇ ਟਾਣੀਆਂ ਸੁੱਕਣ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਤੁਸੀਂ ਉਹਦੇ ਉੱਤੇ ਸਪਰੇਅ ਵੀ ਕਰ ਸਕਦੇ ਹੋ ਜੇ ਕਿਤੇ ਬੂਟੇ 'ਚੋਂ ਗੂਂਦ ਨਿਕਲਦੀ ਹੈ ਤਾਂ ਆਪਣੇ ਉਹਨੂੰ ਬਰਸ਼ ਟਾਈਪ ਨਾਲ ਉਹਦੇ ਥੋੜੀ ਜਿਹੀ ਪੇਸਟ ਜੀ ਬਣਾ ਕੇ ਉੱਪਰ ਲਗਾ ਸਕਦੇ ਹੋ ਤਾਂ ਜਿਹੜਾ ਹੁਣ ਵੇਖੋ ਜੀ ਜੜਾ 'ਚ ਜੇ ਆਪਣਾ ਗਾਲਣ ਦਾ ਰੋਗ ਹੈ ਤਾਂ ਕੈਮੀਕਲ ਵਾਲੇ ਉਸ ਦੇ ਵਿੱਚ ਰੈਡੋਮਿਲ ਗੋਲਡ ਦੀ ਵਰਤੋਂ ਕਰਨ ਤੇ ਜੇ ਸਿਉਂਕਲੀ ਸਮੱਸਿਆ ਆ ਰਹੀ ਹੈ ਤਾਂ ਉੱਥੇ ਕਲੋਰੋਪੈਰੀਫੋਸ ਵਗੈਰਾ ਜਾਂ ਸਾਲਡ ਜਾਂ ਕਲੋਰੋ ਤੁਸੀਂ ਕਿਸੇ ਵੀ ਦੁਕਾਨਦਾਰ ਨੂੰ ਕਹੋ ਕਿ ਛੋਟੀ ਪੈਕਿੰਗ ਉਹਦੀ ਲੈ ਲਓ ਉਸ ਦਾ ਵੀ ਸੇਮ ਹੀ ਹੋਏਗਾ ਜੀ ਪ੍ਰੋਸੈਸ ਹੈ ਜੀ 2 ਗ੍ਰਾਮ ਪਰ ਲੀਟਰ ਕੈਮੀਕਲ ਵਾਲਿਆਂ ਨੂੰ ਇਹ ਕੰਮ 6 ਮਹੀਨੇ ਬਾਅਦ 3 ਮਹੀਨੇ ਬਾਅਦ ਰਿਪੀਟ ਕਰਨਾ ਪੈ ਸਕਦਾ ਜੀ ਇੱਕ ਵਾਰ ਹੁਣ ਗੱਲ ਕਰਦੇ ਆ ਜੀ ਕੁਦਰਤੀ ਆਰਗੈਨਿਕ ਜਾਂ ਬਾਇਓਲੋਜੀਕਲ ਤਰੀਕਾ ਜਿਹਨੂੰ ਆਪਾਂ ਕਹਿ ਸਕਦੇ ਆ ਇੱਕ ਆਉਂਦਾ ਜੀ ਟ੍ਰਾਈਕੋਡਰਮਾ ਤੇ ਸੂਡੋਮਨਾਸ ਟ੍ਰਾਈਕੋਡਰਮਾ ਤੇ ਸੂਡੋਮਨਾਸ ਕੁਦਰਤੀ ਖੇਤੀ ਲਈ ਮਨਜ਼ੂਰਸ਼ੁਦਾ ਜਿਹੜੀਆਂ ਫੰਗਸਾਂ ਨੇ ਤਾਂ ਇਹ ਸਾਡੇ ਖੇਤ 'ਚੋਂ ਮਾੜੀਆਂ ਜਿਹੜੀਆਂ ਉੱਲੀਆਂ ਹੁੰਦੀਆਂ ਇਹ ਮਾੜੀ ਫੰਗਸ ਆ ਉਸਨੂੰ ਖਤਮ ਕਰ ਦਿੰਦੀ ਨੇ ਇਸ ਦੀ ਤੁਸੀਂ ਵਰਤੋਂ ਕਰਨੀ ਆ ਜੀ 5-5 ਗ੍ਰਾਮ ਪਰ ਲੀਟਰ ਪਾਣੀ 'ਚ ਘੋਲ ਕੇ ਤਾਂ ਤੁਸੀਂ ਪੌਦੇ ਦੇ ਜੜਾਂ 'ਚ ਪਾ ਸਕਦੇ ਹੋ ਜੇ ਸਮੱਸਿਆ ਨਹੀਂ ਹੈਗੀ ਤਾਂ ਫਿਲਹਾਲ ਬਿਨਾ ਇਹਦੀ ਇਸ ਤੋਂ ਵੀ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ ਇਹਨੂੰ ਤੁਸੀਂ ਫਿਰ ਰੂੜੀ 'ਚ ਮਿਕਸ ਕਰ ਦੇਣਾ ਜੀ ਤਾਂ ਜਿਹੜੀ ਰੂੜੀ ਆਪਾਂ ਪੋਸ਼ਕ ਤੱਤਾਂ ਦੇ ਰੂਪ 'ਚ ਦੇਣੀ ਹੈ ਉਸ 'ਚ ਮਿਕਸ ਕਰਕੇ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ ਇਹ ਹੋ ਗਿਆ ਜੀ ਆਪਣੇ ਪੌਦਿਆਂ ਦੇ ਗਲਣ ਦਾ ਹੱਲ ਇਹ ਬਾਇਓਲੋਜੀਕਲ ਕਹਿ ਸਕਦੇ ਹਾਂ ਤੇ ਜੇ ਇਹ 'ਚ ਸਿਉਂਕ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਜਿਹੜਾ ਜ਼ਹਿਰ ਹੈ ਕੋਈ ਨਹੀਂ ਪਾਉਣਾ ਤਾਂ ਉਹ ਤੇ ਤੁਸੀਂ ਮੈਟਾਰੀਜੀਅਮ ਐਨੀਸੋਪਲੀ ਨਾਮ ਦਾ ਇੱਕ ਸਾਲਟ ਆਉਂਦਾ ਜੀ ਕੁਦਰਤੀ ਖੇਤੀ ਲਈ ਅਪਰੂਵਡ ਬਾਇਓਲੋਜੀਕਲ ਉਹ ਵੀ ਹੈਗਾ ਜੀ ਉਹ ਲਿਕਵਿਡ ਤੇ ਵੀ ਮਿਲ ਜਾਂਦਾ ਤਾਂ ਪਾਊਡਰ ਫਾਰਮ 'ਚ ਮਿਲ ਜਾਂਦਾ ਉਸ ਦੀ ਵਰਤੋਂ ਤੁਸੀਂ 10 ਐਮਐਲ ਪ੍ਰਤੀ ਲੀਟਰ 10 ਗ੍ਰਾਮ ਪ੍ਰਤੀ ਲੀਟਰ ਪਾਣੀ 'ਚ ਕਰਨੀ ਹੈ ਜਾਂ ਲਿਕਵਿਡ 'ਚ ਜਾਂ ਤਾਂ 5 ਐਮਐਲ ਪ੍ਰਤੀ ਲੀਟਰ ਪਾਣੀ 'ਚ ਕਰਕੇ ਪਾ ਕੇ ਤਾਂ ਬੂਟੇ ਦੇ ਆਲੇ ਦੁਆਲੇ ਜੜਾਂ 'ਚ ਚੰਗੀ ਤਰ੍ਹਾਂ ਪਾ ਦਿਓ ਆ ਕੋਸ਼ਿਸ਼ ਇਹ ਕਰੋ ਕਿ ਪੱਤਿਆਂ ਦੇ ਉੱਪਰ ਪੈਣ ਤੋਂ ਅਵੋਇਡ ਕਰਿਓ ਕਿਉਂਕਿ ਉਹਦੀ ਕਨਸੈਂਟ੍ਰੇਸ਼ਨ ਥੋੜੀ ਜਿਆਦਾ ਸੰਘਣੀ ਹੋਣ ਕਰਕੇ ਕਿਸੇ ਵੇਲੇ ਪੱਤਿਆਂ ਦਾ ਕੋਈ ਨੁਕਸ ਤਾਂ ਇਹ ਜੇ ਤੁਸੀਂ ਵਰਤੋਂ ਕਰੋਗੇ ਪੌਦੇ ਦੇ ਆਲੇ-ਦੁਆਲੇ ਤਾਂ ਜਿਹੜਾ ਤੁਹਾਨੂੰ ਇਹ ਜਿਹੜੀ ਸਮੱਸਿਆ ਆਉਂਦੀ ਹੈ ਸਾਰੀ ਸਿਉਕ ਵਗੈਰਾ ਦੀ ਉਹ ਸਮੱਸਿਆ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾ ਸਕਦਾ ਇੱਕ ਤੀਜੀ ਸਮੱਸਿਆ ਦੇਖਣ ਨੂੰ ਮਿਲ ਸਕਦੀ ਹੈ ਪਰ ਬਹੁਤ ਹੀ ਰੇਅਰ ਹੁੰਦੀ ਹੈ ਜੀ ਉਹ ਬਹੁਤ ਘੱਟ ਆਉਂਦੀ ਹੈ ਜੀ ਉਹ ਹੈਗੀ ਨੀਮਾ ਟੋੜ ਨੀਮਾ ਟੋੜ ਕੀ ਹੁੰਦਾ ਹੈ ਕਿ ਜੜ ਦੇ ਵਿੱਚ ਗੰਡਾਂ ਦਾ ਰੂਪ ਲੈ ਲੈਂਦੀ ਹੈ ਹਾਲੇ ਤੱਕ ਮੈਨੂੰ ਕਦੀ ਫਲਦਾਰ ਪੌਦਿਆਂ 'ਚ ਉਹ ਵੇਖਣ ਨੂੰ ਨਹੀਂ ਮਿਲੀ ਪਰ ਕਿਸੇ ਵੇਲੇ ਉਹ ਹੋ ਸਕਦਾ ਹੈ ਕਿ ਲਾਗਲੀ ਜੇ ਜ਼ਮੀਨ ਦੇ ਵਿੱਚ ਹੋਵੇ ਤਾਂ ਥੋੜਾ-ਬਹੁਤ ਅਟੈਕ ਕਰ ਸਕਦੀ ਹੈ ਉਸ ਦੇ ਲਈ ਆਪਾਂ ਟ੍ਰਾਈਕੋਡਰਮਾ ਸੂਡ ਤੇ ਪਲਾਸ ਇਨਮੈਟੋ ਫਰੀ ਇਹ ਤਿੰਨ ਪ੍ਰੋਡਕਟਾਂ ਦੇ ਪਸੀਲੋ ਮਾਈਸੀਸ ਦੇ ਨਾਂ ਤੇ ਵੀ ਆਉਂਦਾ ਹੈ ਜੇ ਕਵਰਟੀਸੀਲੀਮ ਦੇ ਨਾਂ ਤੇ ਵੀ ਆਉਂਦਾ ਇਹ ਅਲੱਗ-ਅਲੱਗੇ ਫੰਕਸ਼ਨ ਨੇ ਤਾਂ ਇਹਨਾਂ ਦੀ ਤੁਸੀਂ ਵਰਤੋਂ ਕਰਨੀ ਹੈ ਐਸੇ ਪੂਰੀ ਪ੍ਰੋਪਰ ਵੀਡੀਓ ਇੱਥੇ ਵੀ ਨੀਮਾ ਟੋੜ ਤੇ ਵੀ ਬਣੀ ਹੋਈ ਹੈ ਲਗਭਗ ਖੇਤੀ ਜਿੰਨੀਆਂ ਕਿ ਸਮੱਸਿਆਵਾਂ ਮੈਨੂੰ ਆਈਆਂ ਮੈਂ ਉਹਨਾਂ ਦਾ ਕਿਹੜੇ ਤਰੀਕੇ ਦੇ ਨਾਲ ਹੱਲ ਕੀਤਾ ਕਿਉਂਕਿ ਮੈਂ ਕੋਈ ਡਾਕਟਰ ਨਹੀਂ ਮੈਂ ਤਾਂ ਇੱਕ ਆਮ ਕਿਸਾਨ ਹ ਬਟ ਮੇਰਾ ਇਹ ਕੀ ਚੱਕਰ ਹੈ ਕਿ ਮੈਨੂੰ ਜਦੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਂ ਉਸ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਦਾ ਵੀ ਇਹ ਆਈ ਕਿਉਂ ਫਿਰ ਜਿਹੜਾ ਉਹਦਾ ਮੈਂ ਹੱਲ ਕਰਦਾ ਜੀ ਉਹ ਚ ਕਿਹੜਾ ਹੱਲ ਕਾਮਯਾਬ ਹੁੰਦਾ ਉਹ ਹੱਲ ਮੈਂ ਤੁਹਾਡੇ ਨਾਲ ਇਸ ਵੀਡੀਓ ਚ ਸ਼ੇਅਰ ਕਰਦਾ ਮੈਂ ਜਿੰਨੀ ਕੁ ਮੈਨੂੰ ਚਲੋ ਮੈਂ ਇਹਨਾਂ ਬਾਰੇ ਮੈਂ ਪੜਿਆ ਹੈ ਜਾਂ ਮੈਂ ਇਹਨਾਂ ਬਾਰੇ ਟ੍ਰੇਨਿੰਗ ਲਈਆਂ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਜਿੰਨਾ ਮੇਰਾ ਐਕਸਪੀਰੀਅੰਸ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਜੀ ਇੱਥੇ ਤਾਂ ਇਹ ਤੁਸੀਂ ਮੈਟਲਿਜ਼ਮ ਐਨਿਸੋਪਲੀ ਦੀ ਵਰਤੋਂ ਕਰ ਸਕਦੇ ਹੋ ਸਯੌਂਕ ਤੇ ਬਾਕੀ ਤਿੰਨੇ ਪ੍ਰੋਡਕਟ ਮਿਕਸ ਕਰਕੇ ਤੁਸੀਂ ਨੀਮਾ ਟੋੜ ਲਈ ਵਰਤ ਸਕਦੇ ਹੋ ਤੇ ਇਹ ਇਸ ਤੋਂ ਜ਼ਿਆਦਾ ਆਪਣੇ ਖੇਤ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ ਹਾਂ ਬੂਟੇ ਫਲ ਜਿਹੜਾ ਆਇਆ ਜੀ ਫਟ ਜਾਂਦਾ ਉਹ ਵੱਖਰਾ ਵਿਸ਼ਾ ਹੈ ਮੈਂ ਜਿਆਦਾ ਵੀਡੀਓ ਨੂੰ ਲੰਬੀ ਨਹੀਂ ਕਰਨਾ ਚਾਹੁੰਦਾ ਸਾਰੇ ਦੇ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਣਗੇ ਜੇ YouTube ਤੇ ਦੇਖ ਰਹੇ ਹੋ ਤਾਂ ਆਈ ਬਟਨ ਉੱਪਰ ਆਇਆ ਹੈ ਜੀ ਜਿਹੜੀ ਜਿਹੜੀ ਵੀਡੀਓ ਮੈਂ ਬੋਲੀਓ ਤੁਹਾਨੂੰ ਉੱਪਰੋਂ ਆਈ ਬਟਨ ਦੇ ਵਿੱਚੋਂ ਹੀ ਮਿਲ ਜਾਊਗੀ ਜੇ Facebook ਤੇ ਦੇਖ ਰਹੇ ਹੋ ਤਾਂ ਤੁਹਾਨੂੰ ਇਹ ਲਿੰਕ ਥੱਲੇੋਂ ਵੀਡੀਓ ਦੇ ਉੱਪਰੋਂ ਤੁਸੀਂ ਡਿਸਕ੍ਰਿਪਸ਼ਨ ਚੋਂ ਮਿਲ ਜਾਣਗੇ ਤੁਹਾਨੂੰ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੈਨੂੰ ਵੀ ਜਿਹੜੀ ਮੇਰੀ ਵੀਡੀਓ ਬਣਾਉਣ ਤੇ ਮੇਰਾ ਜਿਹੜਾ ਸਮਾਂ ਮੈਂ ਕੱਢਦਾ ਆ ਜਾਂ ਮੈਂ ਮਿਹਨਤ ਕਰਦਾ ਉਸ ਦਾ ਆ ਮੈਨੂੰ ਹੋਰ ਖੁਸ਼ੀ ਹੁੰਦੀ ਹੈ ਕਿਉਂਕਿ ਜਿਆਦਾ ਤੋਂ ਜਿਆਦਾ ਲੋਕ ਜਦੋਂ ਵੀਡੀਓ ਨੂੰ ਪਸੰਦ ਕਰਦੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਤਾਂ ਇਹ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਦੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਰੀਆਂ ਵੀਡੀਓਜ਼ ਆ ਉਸ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਜੇ ਇਸ ਵੀਡੀਓ ਦੇ ਸਬੰਧ ਵਿੱਚ ਤੁਹਾਡਾ ਕੋਈ ਵੀ ਸਵਾਲ ਜਾਂ ਸੁਝਾਅ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਥ ਸ਼੍ਰੀ ਅਕਾਲ